ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਜੀ? ਸਾਰੇ ਠੀਕ ਠਾਕ ਹੋ? ਬਈ ਆਪਣੇ ਗੱਲ ਨੂੰ ਘੋਰਾ ਨਹੀਂ ਫਰਕ ਪਿਆ, ਪਤਾ ਨਹੀਂ ਕੀ ਇੱਥੇ ਬਣ ਕੇ ਬੋਲਿਆ ਨਹੀਂ ਜਾਂਦਾ ਬਾਈ ਯਾਰ, ਠੰਡੀ ਤਾਂ ਮੈਂ ਖਾਲਦੀ ਨਹੀਂ ਕਰਦੀ। ਇੱਥੇ ਪਤਾ ਨਹੀਂ ਕੀ ਬਣਿਆ ਬਾਈ, ਆਵਾਜ਼ ਖਤਮ ਹੋ ਗਈ ਬਈ ਆਪਣੀ। ਐਂ ਬਲੌਗ ਵੇਖ ਲਿਆ ਕਰੋ, ਮੈਂ ਤਾਂ ਇਕੱਲੀ ਫੋਟੋ ਬਾਰਾਂ ਵੱਜ ਗਏ ਆ, ਹੁਣ ਜਾਂਦੇ ਹਾਂ ਮੇਲਾ ਵੇਖਣ, ਤੇ ਗਰਮੀ ਬਹੁਤ ਜ਼ਿਆਦਾ ਆ, ਮੋਛਾ ਵੇਖਦੇ ਹਾਂ ਤੇ ਅੱਜ ਤੁਹਾਨੂੰ ਮੋਛਾ ਵਿਖਾਉਂਦੇ ਹਾਂ। ਵੇਖੀ ਚਲੋ, ਮੈਂ ਬੋਲਣਾ ਮੈਂ ਹਾਸਾ ਹੀ ਆਈ ਜਾਂਦਾ ਕੱਲਾ। ਅਸਤਾਲ ਪਾਣੀ ਦੇ ਘੁੱਟ ਯਾਰ, ਦਵਾਈ ਖਾਈਏ, ਦਵਾਈ ਖਾਂਦੇ ਹਾਂ ਹੋਰ ਚੱਲਦੇ ਹਾਂ। ਨਹੀਂ ਯਾਰ, ਘੁੱਟ ਪਾਣੀ ਕੱਲ ਲੈ ਕੇ ਆਇਆ ਸੀ, ਪਤਾ ਨਹੀਂ ਗੱਲ ਨੂੰ ਕੀ ਹੋ ਗਿਆ। ਆਵੇ ਬਈਆਂ ਦਵਾਈ ਇਹ ਖਾ ਲਈਏ, ਫਿਰ ਆਪਾਂ ਹੁਣ ਸਿੱਧਾ ਜਾ ਕੇ ਮੇਲੇ ਮਿਲਦੇ ਹਾਂ, ਵੇਖਦੇ ਹਾਂ ਵੀ ਕੌਣ ਜਾਂਦਾ। ਮੈਂ ਨਾ ਜਾਣ ਨੂੰ ਵੀ ਹੈ ਨਹੀਂ ਕੋਈ। ਅੱਗੇ ਜਦੋਂ ਛੋਟੇ ਹੁੰਦੇ ਸੀ ਨਾ, ਤੇ ਬੜਿਆਂ ਬੱਚਿਆਂ ਬੱਚੇ ਹੁੰਦੇ ਸੀ, ਬੜੇ ਜਾਣਿਆਂ ਨੇ ਜਾਣਾ, ਤਾਂ ਲੋਕ ਇਕੱਲੇ ਇਕੱਲੇ ਮੇਲਿਆਂ 'ਤੇ ਜਾਂਦੇ ਆ, ਛੇਤੀ ਛੇਤੀ ਮੁੜੇ ਆ ਕੱਢ ਕੇ ਦੇਣ ਬਾਈ। ਇਕੱਲੇ ਇਕੱਲੇ ਜਾਂਦੇ ਆ, ਇਕੱਲੇ ਇਕੱਲੇ ਮੁੜੇ ਹੁੰਦੇ, ਹੁਣ ਉਹ ਗੱਲਾਂ ਬਾਤਾਂ ਹੈ ਨਹੀਂ ਮੇਲੇ ਵਾਲੀਆਂ ਬਾਈ। ਹੁਣ ਤਾਂ ਰੌਣਕ ਮੇਲੇ ਹੈ ਨਹੀਂ, ਪਰ ਕਬੱਡੀ ਵੀ ਆ ਅਤੇ ਝੂਲੇ ਝਾਲੇ ਤੁਹਾਨੂੰ ਦਿਖਾਉਂਦੇ ਹਾਂ ਅਤੇ ਕੀ ਬਣਦਾ ਜੁੜਦਾ। ਚਲੋ ਵੀ ਆਪਾਂ ਦਵਾਈ ਖਾ ਲਈਏ, ਮਿਲਦੇ ਹਾਂ ਸਿੱਧਾ ਮੇਲੇ ਜਾ ਕੇ। ਚਾਚਾ ਹੈ ਨਹੀਂ ਜੀ ਰੌਣਕ, ਚਾਚਾ ਜਾਣਾ ਜੀ ਮੇਰੇ ਨਾਲ, ਰੌਣਕ ਉਹਨੇ ਹੈ ਨਹੀਂ ਸੰਗਤ, ਪਤਾ ਨਹੀਂ ਗਰਮੀ ਆ ਤਾਂ ਕਰਕੇ ਆ। ਲੋ ਅੱਗੇ ਦਿਖਾਉਂਦੇ ਹਾਂ, ਭਲਾ ਪਾਣੀ ਪੀਏ ਥੋੜ੍ਹਾ ਠੰਡਾ ਮਿੱਠਾ। ਹਾਂ ਚਾਚਾ ਜਾਣ, ਕਿਵੇਂ ਗਰਮੀ ਆ? ਲਓ ਜੀ ਇੱਧਰ ਮੇਅਰ ਮੈਂਬਰ ਮਿਲਿਆ, ਮੇਰਾ ਕਿਵੇਂ ਆ? ਹੋਰ ਠੀਕ ਠਾਕ ਆ? ਲਓ ਬਈ ਆਪਣੀ ਹਰ ਵੀਡੀਓ ਲਾਈਕ ਕਰਦਾ ਹੈ ਬਈ, ਸ਼ੇਅਰ ਕਰਦਾ, ਕਮੈਂਟ ਕਰਦਾ, ਧੰਨਵਾਦ ਵੀਰ ਦਾ। ਹੋਰ ਸੁਣਾ ਕਿਵੇਂ ਆ? ਥੋੜਾ ਯਾਰ ਅੱਗੇ ਨਾ ਮਾਹੌਲ ਥੋੜਾ ਘੱਟਾ ਨਾ, ਅੱਗੇ ਜਾਦੇ ਹੁੰਦਾ ਜੀ। ਹੋਰ ਨਵੀਂ ਦਾ ਜੀ, ਐਤਕੀ ਕਿਵੇਂ ਮਾਹੌਲ ਛੋਲ? ਮੈਂਬਰ ਬਣਾ ਦਿਓ ਮੇਅਰ ਨੂੰ ਫਿਰ ਦੁਬਾਰਾ। ਧੰਨਵਾਦ ਬਈ ਸਾਰਿਆਂ ਦੇ, ਪਹਿਲੇ ਮਾੜਾ ਮੋਟਾ ਜਵਾਨੀ ਚ ਬੰਦੇ ਤਾਂ ਹੁੰਦਾ ਹੀ ਰਹਿੰਦਾ, ਹੁਣ ਹੀ ਦੇਣਾਗਾ ਕਿਵੇਂ ਮੇਲਾ ਕੈਂਟ ਆ? ਹੋਰ ਫਿਰ ਚੱਲੀਏ, ਚਲੋ ਕਰੋ 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 ਮੇਰੇ ਨਾਲ, ਆਪਾਂ ਇਕੱਠੇ ਪੜ੍ਹਦੇ ਹੁੰਦੇ ਇੱਕ ਦੋ ਕਲਾਸ ਅੱਗੇ। ਹਾਂ ਹਾਂ ਰੱਬੀ ਨੂਰ ਚ ਯਾਦਾਂ ਹੀ ਰਹਿ ਗਈਆਂ, ਕੱਲਾ ਹੀ ਆ ਗਿਆ ਮੇਲਾ। ਹਾਂ ਬਾਜੀ ਸਾਹਿਬ ਕੀ ਹਾਲ ਆ? ਕਾਇਮ ਆ, ਕਦੋਂ ਆਇਆ ਛੁੱਟੀ? ਹੋਰ ਠੀਕ ਠਾਕ ਆ? ਕੀ ਆਹਦਾ ਮੇਲਾ? ਗਰਮੀ ਬੜੀ ਪਈ, ਗਰਮੀ ਆ ਤੇ ਹੈ ਨੀ ਰੌਣਕ ਮੇਲਾ, ਓਨੀ ਜ਼ਿਆਦਾ ਹੈ ਨੀ, ਹੈਨਾ ਹੈ ਨੀ ਮਾਹੌਲ ਛੋੜ। ਹਾਂ ਜਾਂ ਲੇਟ ਹੋਣਗੇ ਹੌਲੀ ਹੌਲੀ। ਟੂਰਨਾਮੈਂਟ ਹੁਣ ਕਿੰਨੇ ਵਜੇ ਆ ਕਿ ਚੱਲੀ ਜਾਂਦਾ? ਗਾਉਣ ਵਾਲਾ ਵੀ ਆਉਣਾ ਕੋਈ ਪਤਾ ਨਹੀਂ ਆਉਣਾ, ਤੂੰ ਮੱਥਾ ਟੇਕ ਜਾਂਦਾ? ਆ ਜਾਓ ਫਿਰ ਟੇਕ ਆਈਏ, ਕੱਲ ਸ਼ਾਮ ਨੂੰ ਤਾਂ ਟੇਕ ਲਿਆ ਸੀ, ਹੁਣ ਟੇਕਣ। ਅੱਛਾ ਅੱਛਾ, ਹੁਣ ਇੱਥੇ ਹੀ ਕਰਦੇ ਤੁਰ ਫਿਰ ਕੇ ਵੇਖੋ ਮੇਲਾ। ਚਲੋ ਚੱਲੀ, ਦੋ ਤਿੰਨ ਕਿਹੜੇ ਕੱਢੇ ਆਏ? ਚਲੋ ਚਲੋ ਚੱਲੀਏ, ਚੱਲ ਅਸੀਂ ਟੇਕ ਆਉਂਦੇ। ਇਹ ਤਾਂ ਬਹੁਤ ਘੱਟ ਹੈ ਜੀ ਅੱਜ, ਅੱਗੇ ਇੱਥੇ ਨਾ ਲਾਈਨਾਂ ਲੱਗੀਆਂ ਹੁੰਦੀਆਂ ਸਾਰੇ, ਅੱਜ ਤਾਂ ਬਹੁਤ ਘੱਟ ਸੰਗਤ। ਹਾਂ ਅੱਜ ਤਾਂ ਵਿਹਲ ਹੀ ਆ, ਹੁਣ 12:30 ਹੋ ਗਏ ਆ ਵੈਸੇ। ਚਲੋ ਆ ਜਾਓ, ਸੰਗਤ ਬਹੁਤ ਥੋੜੀ।
ਸਹੀ ਹੈ ਸਹੀ ਹੈ ਸਹੀ ਗੱਲ ਬਣਾ ਦੇਣਗੇ ਜੈਦੀ ਵਰਗੇ ਰੌਣਕ ਬਣਾ ਦਿਓਗੇ ਰੌਣਕ ਘੱਟਾ ਹੀ ਹੈ ਇੱਥੇ ਤਾਂ ਜ਼ਿਆਦਾ ਪਰ ਮੇਲੇ 'ਚ ਘੱਟਾ ਹੀ ਹੁੰਦਾ ਬਾਈ ਕਿਉਂ ਮੇਰਾ ਗਲ ਖਰਾਬ ਹੋਣ ਪਹਿਲਾਂ ਹੀ ਮੂੰਹ ਬੰਨ ਲੈਂਦਾ ਬਾਈ ਜੀ ਅੱਜ ਮੇਰੇ ਤੋਂ ਬੋਲਿਆ ਨਹੀਂ ਜਾਣਾ ਅਤੇ ਵੀਡੀਓ ਨੂੰ ਐਂ ਇੰਜੋਏ ਕਰਦੇ ਸ਼ੇਅਰ ਕਰਦੇ ਦੱਬ ਕੇ ਮੁੰਡੇ ਮੇਰੇ ਪਿੰਡ ਭਨੂਰ ਦੇ ਚੋਬਰ ਜਾ ਰਹੇ ਅੱਗੇ ਅੱਗੇ ਇਹ ਚਾਚਾ ਜਾਣ ਜਾ ਰਹੀ ਹੈ ਅੱਗੋਂ ਜਾ ਕੇ ਜਮਾਂ ਵਿਹਲਾ ਹੀ ਆ ਗਿਆ ਲਓ ਜੀ ਚੱਕ ਆ ਗਈ ਉਹ ਬਾਜ਼ਾਰ ਖਤਮ ਹੋ ਗਿਆ ਕੇ ਪੁੱਠੇ ਪਾਸੇ ਮੁੜ ਪਏ ਯਾਰ ਅੱਛਾ ਆਪਾਂ ਵੀ ਮੰਗਵਾਈਏ ਯਾਰ ਇੱਕ ਟੈਟੂ ਜਿਹਾ ਥੱਪੇ ਲਵਾ ਲਓ ਥੱਪੇ ਲਵਾ ਲਓ ਹੌਲੀ ਦੁਰੋ ਹੈ ਯਾਰ ਲੈਣਾ ਮੈਂ ਇੱਥੋਂ ਖੇਡਾਂ ਖੁੱਡਾਂ ਲੈਣੀਆਂ ਜਵਾਕਾਂ ਵਾਸਤੇ ਜੈਦੀਪ ਖੇਡਾਂ ਲੈਣੀਆਂ ਹੋਰ ਕਾਕਿਆਂ ਵਾਸਤੇ ਲੈ ਲਾ ਨਿੱਕੇ ਕਾਕੇ ਵਾਸਤੇ ਉਹ ਜੈਦੀਪ ਨਿੱਕੇ ਕਾਕੇ ਵਾਸਤੇ ਲੈ ਲਾ ਤੁਸੀਂ ਤਾਂ ਬਾਈ ਤੇਜ਼ ਬਹੁਤ ਤੁਰਦੇ ਹਾਂ ਯਾਰ ਤੁਸੀਂ ਤਾਂ ਬਣਾ ਦਿੰਦੇ ਹੀ ਹੌਲੀ ਹੌਲੀ ਚਲੋ ਐਸੇ ਰਹੇਗਾ ਐਸੇ ਚਲੋ ਜੀ ਚਲੋ ਚਲੋ ਸੱਚੀ ਜੂਮਿੰਗ ਬਹੁਤ ਆ ਦੂਰਬੀਨ ਦੀ ਉਹਦੇ ਦਿਖਾਈ ਚਾਚਾ ਜਾਣ ਨੂੰ ਹਾ ਆ ਜਾਣ ਕਿਵੇਂ ਦੂਰਬੀਨ ਦੀਨਾ ਦੂਰੋਂ ਨੇੜੇ ਹੋ ਜਾਂਦਾ ਸਾਰਾ ਕੁਛ ਉਰੇ ਫੜਾ ਆ ਬਹੁਤ ਘੈਂਟ ਆ ਯਾਰ ਦੂਰਬੀਨ ਇਹ ਬਾਈ ਹੈਗੀ ਆ 950 ਦੀ ਬਾਲੀ ਘੈਂਟ ਆ ਬਹੁਤ ਦੂਰਬੀਨ ਆ ਲੈਣੀ ਆ ਬਸ ਵੇਖਣੀ ਸੀ ਗੱਲੀ ਜਾਣ ਚੱਲ ਗਏ ਅੱਗੇ ਚੱਲ ਗਏ ਕਿਵੇਂ ਆ ਦੇਖੀਏ ਨਾ ਮੇਲਾ ਠੰਡ ਕਿੰਨੀ ਕਾ ਠੰਡ ਠੰਡ ਹਾਂਜੀ ਇਹ ਵੀ ਪੱਕਾ ਫੈਨ ਆ ਸਾਡਾ ਪੱਕਾ ਫੈਨ ਇਹ ਵੀ ਪੱਕਾ ਫੈਨ ਆ ਆ ਜਾਣ ਕਿਵੇਂ ਮੇਲਾ ਪੂਰਾ ਭਰਿਆ ਹੋਏ ਉਹ ਆ ਗਿਆ ਇਸ ਟੂਰਨਾਮੈਂਟ ਦੇ ਵਿੱਚ ਆਏ ਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਰਾ ਦਾ ਕਿਉਂਕਿ